ਮੌਜੂਦਾ ਐਫ ਆਈ ਆਰ ਪੁਲਿਸ ਸਟੇਸ਼ਨ ਰੋਡ ਜੈਮਲ ਸਿੰਘ 'ਚ ਹੋਈ ਹੈ ਜੀ। ਆਪਾਂ ਨੂੰ ਅੱਜ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਕੁਝ ਬੰਦੇ ਜਿਹੜੇ ਆ ਕਿ ਵੀ ਉਹ ਦਤਿਆਲ ਫਿਰੋਜ਼ਾ ਦੇ ਰਕਬੇ ਦੇ ਵਿੱਚ ਰਾਵੀ ਦੇ ਨਾਲ ਇਲੀਗਲ ਮਾਈਨਿੰਗ ਕਰ ਰਿਹਾ। ਉਹਦੇ ਬਾਅਦ ਸਵਿਫਟਲੀ ਐਕਟ ਕਰਦੇ ਹੋਏ ਸਾਡੀ ਪਾਰਟੀ ਉੱਥੇ ਪਹੁੰਚੀ ਸੀ, ਜਿਹਦੇ ਬਾਅਦ ਮੌਕੇ ਤੋਂ ਆਪਾਂ ਤਕਰੀਬਨ 6 ਟਿੱਪਰ ਅਤੇ 3 ਪੋਕਲੇਨ ਮਸ਼ੀਨਸ ਜਿਹੜੀਆਂ ਰਿਕਵਰ ਕੀਤੀਆਂ, ਅਲੋਂਗ ਵਿਦ ਜਿਹੜੇ 8 ਡਰਾਈਵਰ ਅਤੇ ਇੱਕ ਕ੍ਰੈਸ਼ਰ ਮਾਲਕ ਜਿਹੜਾ ਉਹ 'ਚ ਇਨਵੋਲਵ ਸੀ ਉਹ ਵੀ ਅਰੈਸਟ ਹੋ ਚੁੱਕਿਆ। ਅਤੇ ਟੋਟਲ ਇਹ 'ਚ 11 ਬੰਦੇ ਨਾਮਜ਼ਦ ਹੈ ਅਤੇ ਇੱਕ ਕ੍ਰੈਸ਼ਰ ਮਾਲਕ ਅਤੇ ਇੱਕ ਡਰਾਈਵਰ ਜਿਹੜਾ ਭਗੌੜਾ। ਕ੍ਰੈਸ਼ਰ ਮਾਲਕਾਂ 'ਚ ਇੱਕ ਬਲਰਾਮ ਕ੍ਰੈਸ਼ਰ ਦਾ ਓਨਰ ਜਿਹੜਾ ਸਰਬਜੀਤ ਸਿੰਘ ਲਿਆਸ ਸਾਬਾ ਜਿਹੜਾ ਉਹ ਅਰੈਸਟ ਹੋ ਚੁੱਕਿਆ, ਅਤੇ ਸ਼੍ਰੀ ਰਾਮ ਸਾਈਂ ਸਟੋਨ ਕ੍ਰੈਸ਼ਰ ਦਾ ਜਿਹੜਾ ਮਾਲਕ ਹੈ ਨਿਪੁੰਨ ਮਹਾਜਨ ਉਹ ਹਾਲੇ ਐਬਸਕੋਂਡਿੰਗ ਆ, ਉਹਨੂੰ ਆਪਾਂ ਅਰੈਸਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਇਹਦੇ ਨਾਲ ਮੈਂ ਦੱਸਣਾ ਚਾਹੁੰਦਾ ਕਿ ਵੀ ਜਿਹੜੇ ਵੀ ਮਾਈਨਿੰਗ ਇੰਡਸਟਰੀ ਨਾਲ ਕੰਮ ਕਰ ਰਹੇ ਜਿਹੜੇ ਬੰਦੇ ਹੈ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਕੋਈ ਵੀ ਪ੍ਰਕਾਰ ਦੀ ਜਿਹੜੀ ਇਲੀਗਲ ਐਕਟੀਵਿਟੀ ਹੈ ਉਹ ਨਾ ਕਰਨ, ਕਿਉਂਕਿ ਇਲੀਗਲ ਐਕਟੀਵਿਟੀ ਜਿਹੜੀ ਹੈ ਗਵਰਨਮੈਂਟ ਆਫ ਪੰਜਾਬ ਦੀ ਡਾਇਰੈਕਸ਼ਨ ਦੇ ਬਰਖਿਲਾਫ਼ ਹੈ। ਉਹਦੇ ਉੱਪਰ ਆਪਾਂ ਬਿਲਕੁਲ ਸਖਤ ਕਾਰਵਾਈ ਕਰਾਂਗੇ ਅਤੇ ਕਿਸੇ ਨੂੰ ਨਹੀਂ ਛੱਡਾਂਗੇ। ਬਾਕੀ ਜਿਹੜਾ ਐਜ਼ ਪਰ ਲੋਅ ਜਿਹੜਾ ਤੁਹਾਡਾ ਮਾਈਨਿੰਗ ਦਾ ਕੰਮ ਉਹ ਬਿਲਕੁਲ ਕਰਨ, ਉਹ 'ਚ ਕੋਈ ਇਸ਼ੂ ਨਹੀਂ ਹੈ, ਬਟ ਇਲੀਗਲ ਕੰਮ ਨਾ ਕਰਨ, ਨਾ ਇਨਕਰੇਜ ਕਰਨ। Thank you.